ਇਹਨਾਂ ਨੂੰ ਦੇਖਦੇ ਸਾਰ ਹੀ ਮੈਂ ਬੈਂਟੀ ਨੂੰ ਕਿਹਾ ਮੈਂ ਵਿਆਹ ਤਾਂ ਆਪਾਂ ਇਸੇ ਕੁੜੀ ਦੇ ਨਾਲ ਕਰਨਾ। ਪਰ ਨਾ ਡੈਡੀ ਜੀ ਨੇ ਮੰਨਣਾ ਸੀ ਨਾ ਵੀਰ ਜੀ ਨੇ। ਇਸ 'ਤੇ ਅਸੀਂ ਇੱਕ ਪਲੈਨ ਬਣਾਇਆ। ਮੈਂ ਘਰ 'ਚ ਕਹਿ ਦਿੱਤਾ ਮੈਂ ਵਿਆਹ ਹੀ ਨਹੀਂ ਕਰਾਉਣਾ। ਡੈਡੀ ਜੀ ਹੋਰ ਵੀ ਗੁੱਸੇ ਹੋ ਗਏ, ਪਰ ਸਹੀ ਮੌਕੇ 'ਤੇ ਮੈਂ ਆਪਣਾ ਰਿਸ਼ਤਾ ਇਹਨਾਂ ਦੇ ਘਰ ਭੇਜ ਦਿੱਤਾ। ਡੈਡੀ ਜੀ ਨੇ ਛੱਡ ਐਕਸੈਪਟ ਕਰ ਲਿੱਤਾ। ਅੱਜ 30 ਸਾਲ ਹੋ ਗਏ, ਡੈਡੀ ਜੀ ਅੱਜ ਵੀ ਇਹੀ ਸਮਝਦੇ ਨੇ ਕਿ ਸਾਡੀ ਅਰੇਂਜ ਮੈਰਿਜ ਸੀ। ਲੋ ਦੱਸੋ ਜੈਸੇ ਸਭ ਕੇ ਲਈ ਇੱਕ ਪਰਫੈਕਟ ਮੈਚ, ਆਪਕੇ ਰਾਜਮਾ ਕੇ ਲਈ ਸਿਰਫ ਬੈਸਟ ਰਾਈਸ।